ਇਹਦੇ ਵਿੱਚ ਸਰਕਾਰ ਦੀਆਂ ਪਾਲਿਸੀਆਂ ਦੇ ਵਿਰੁੱਧ ਅਸੀਂ ਖੜੇ ਹੋਏ ਹਾਂ, ਜਿਹਦਾ ਕਰਕੇ ਸਾਨੂੰ ਸਾਰਿਆਂ ਨੂੰ, ਆੜ੍ਹਤੀਆਂ ਨੂੰ, ਮਜ਼ਦੂਰਾਂ ਨੂੰ ਅਤੇ ਜੀਵਨਦਾਰਾਂ ਦੇ ਨਾਲ ਰਲ ਕੇ ਇਹ ਧਰਨਾ ਦੇਣਾ ਪਿਆ। ਪਰ ਹੁਣ ਇਹਨਾਂ ਨੇ ਇੰਨੀ ਦਖਲਅੰਦਾਜ਼ੀ ਹੋ ਗਈ ਆ ਕਿ ਇਹ ਵਿੱਚੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਦੇ ਪਏ, ਵਿੱਚੇ ਸਾਰੇ ਵਪਾਰੀ ਵਰਗ ਨੂੰ, ਵਿੱਚੇ ਮਜ਼ਦੂਰਾਂ ਨੂੰ। ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਕਿਸਾਨ ਵੇਚਣ ਆਏ, ਆੜ੍ਹਤੀਆਂ ਨੂੰ ਵਿਕਾਉਣ ਨੂੰ ਬੈਠੇ ਆ, ਅਸੀਂ ਤਾਂ ਕਹਿੰਦੇ ਮਾਲ ਵਿਕਣ। ਅਸੀਂ ਉਹ ਜਿਹੜੇ ਕਿਸਾਨ ਆ ਜਿਹੜੇ ਹੁਣ ਕਿਸੇ ਮਾਲ ਨੂੰ ਤੇਲਾ ਪੈ ਗਿਆ, ਮਾੜਾ ਮਾੜਾ ਖਰਾਬੀ ਆ ਗਈ, ਡਿਸਕਲਰ ਡੈਮੇਜ ਆ ਗਿਆ, ਉਹਨੂੰ ਅਸੀਂ ਤਾਂ ਜਿੱਦਾਂ ਦਾ ਵੀ ਮਰਜ਼ੀ ਮਾਲ ਹੈ ਅਸੀਂ ਵੇਚਣ ਨੂੰ ਤਿਆਰ ਹਾਂ। ਪਰ ਸਰਕਾਰਾਂ ਜਿਹੜੀਆਂ ਉਹਨਾਂ ਨੇ ਜਿਹੜਾ ਡਰੈਲ ਨਹੀਂ ਚੱਲਣ ਦੇ ਰਹੇ ਛਾਲਾਂ ਵਾਲਿਆਂ ਦੇ, ਉਹਦੇ ਕਰਕੇ ਪ੍ਰੋਬਲਮ ਆ ਰਹੀ ਆ, ਅਤੇ ਉਹ ਮੋਇਸਚਰ ਕੰਟਰੋਲ ਕਿੱਦਾਂ ਹੋਊਗਾ। ਮਤਲਬ ਗੌਰਮੈਂਟ ਦੀਆਂ ਬੜੀਆਂ ਪਾਲਸੀਆਂ, ਸਾਡਾ ਕਪੂਰਥਲਾ ਜਿਹੜਾ ਜਿਹੜਾ ਆਲੂਆਂ ਦਾ ਇਲਾਕਾ, ਇਸ ਕਰਕੇ ਇਹਨੂੰ ਆਲੂ ਬੀਜਣ ਵਾਸਤੇ 5-10 ਦਿਨ ਪਹਿਲਾਂ ਬਿਠਾਉਣਾ ਪੈਂਦਾ, ਜਿਸ ਕਰਕੇ ਨਮੀ ਰਹਿ ਜਾਂਦੀ ਹੈ। ਕੁਛ ਤੇਲੇ ਦੀ ਬਿਮਾਰੀ ਲੱਗ ਗਈ ਇੱਕੀ ਨੂੰ, ਉਹ ਜਿਹਨੂੰ ਬਿਮਾਰੀ ਲੱਗੀ ਉਹ ਕੱਟਿਆ ਜਾਣਾ, ਉਹਨੇ ਸੁੱਕਣਾ 17 ਮੁਕਚਾ ਤਾਂ ਬਣਨਾ ਹੀ ਨੇ। ਅਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕੱਲ੍ਹ ਜਿਹੜਾ ਧਰਨਾ ਲੱਗਾ, ਹੁਣ ਜਿਹੜੇ ਕਿ ਮਜ਼ਦੂਰ ਔਰ ਕਿਸਾਨ ਇੱਕੋ ਸੜਕਾਂ 'ਤੇ ਉਤਰ ਚੁੱਕੇ ਨੇ, ਔਰ ਇਹਨਾਂ ਦਾ ਇਹ ਕਹਿਣਾ ਵਾ ਕਿ ਇੱਥੇ ਦੀ ਜਿਹੜੀ ਹਲਕਾ ਇੰਚਾਰਜ ਮੰਜੂ ਰਾਣਾ ਸ਼ੈਲਾ ਵਾਲਿਆਂ ਨੂੰ ਦਬਦਬਾ ਜਿਹੜਾ ਕਿ ਪਾਉਂਦੀ ਪਈ ਆ, ਖੂਬ ਵੱਧ ਮੁਕਚਰ ਵਾਲਾ ਝੋਨਾ ਲੈਣਾ ਸਾਡੇ ਨਾਲ ਇਸ ਵੇਲੇ ਜਿਹੜੇ ਕਿ ਆੜ੍ਹਤੀ ਐਸੋਸੀਏਸ਼ਨ ਦੇ ਇਹ ਆਪਣੇ ਕਮੇਟੀ ਮੈਂਬਰ ਨੇ, ਉਹਨਾਂ ਨਾਲ ਗੱਲ। ਸਰ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਦੇ ਉੱਪਰ। ਕੀ ਗੱਲ ਹੋ ਗਈ ਜਿਹੜਾ ਕਪੂਰਥਲਾ ਦੇ ਵਿੱਚ ਹੀ ਤੁਸੀਂ ਧਰਨਾ ਦਿੱਤਾ ਇਹ ਮਜ਼ਦੂਰਾਂ ਨੇ ਔਰ ਆੜ੍ਹਤੀਆਂ ਨੇ? ਇਹਦੇ ਵਿੱਚ ਸਰਕਾਰ ਦੀਆਂ ਪਾਲਿਸੀਆਂ ਦੇ ਵਿਰੁੱਧ ਅਸੀਂ ਖੜੇ ਹੋਏ ਹਾਂ, ਜਿਹਦਾ ਕਰਕੇ ਸਾਨੂੰ ਸਾਰਿਆਂ ਨੂੰ, ਆੜ੍ਹਤੀਆਂ ਨੂੰ, ਮਜ਼ਦੂਰਾਂ ਨੂੰ ਅਤੇ ਜੀਵਨਦਾਰਾਂ ਦੇ ਨਾਲ ਰਲ ਕੇ ਇਹ ਧਰਨਾ ਦੇਣਾ ਪਿਆ। ਇਹਦੇ ਵਿੱਚ ਕਈ ਕਾਰਨ ਆ ਜਿਹੜੇ ਸਰਕਾਰ ਨਾਕਾਮੀ ਦਿਖਾ ਰਹੀ ਆ। ਕੀ ਉਹ ਕਾਰਨ ਹੈਗਾ ਵਾ? ਇੱਕ ਤਾਂ ਨਵੀਂ ਆ ਮਾਲ ਦੇ ਵਿੱਚ ਨਵੀਂ ਆ, ਇੱਕ ਇਹ ਸ਼ੈਲਰਾਂ 'ਤੇ ਦਬਾਅ ਪਾ ਰਹੇ ਵੀ ਤੁਸੀਂ ਮਾਲ ਨਾ ਖਰੀਦੋ, ਡਰੈਲ ਨਾ ਚਲਾਓ, ਉਹ ਨਾ ਕਰੋ, ਕਿਉਂਕਿ ਅੱਗੇ ਵੀ ਇਸ ਮੰਡੀ ਦੇ ਵਿੱਚ ਇੱਦਾਂ ਹੀ ਚੱਲਦਾ ਸੀ ਕੰਮ, ਬਹੁਤ ਵਧੀਆ ਬਾਖੂਬੀ ਨਾਲ ਚੱਲਦਾ ਰਿਹਾ। ਪਰ ਹੁਣ ਇਹਨਾਂ ਨੇ ਇੰਨੀ ਦਖਲਅੰਦਾਜ਼ੀ ਹੋ ਗਈ ਆ ਕਿ ਇਹ ਵਿੱਚੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਦੇ ਪਏ, ਵਿੱਚੇ ਸਾਰੇ ਵਪਾਰੀ ਵਰਗ ਨੂੰ, ਵਿੱਚੇ ਮਜ਼ਦੂਰਾਂ ਨੂੰ। ਚਾਂਦੀ ਜੀ, ਤੁਸੀਂ ਇੰਨੀ ਲੰਬੇ ਸਮੇਂ ਤੋਂ ਜਿਹੜਾ ਕਿ ਆੜ੍ਹਤ ਕਰਦੇ ਪਏ ਹੋ, ਕਿ ਕਈ ਸਰਕਾਰਾਂ ਰਹੀਆਂ, ਕਾਂਗਰਸ ਦੀ ਸਰਕਾਰ ਵੀ ਰਹੀ, ਅਕਾਲੀ ਦਲ ਦੀ ਵੀ ਰਹੀ, ਹੁਣ ਇਹ ਆਮ ਆਦਮੀ ਪਾਰਟੀ ਜਿਹੜੀ ਕਿ ਸਰਕਾਰ ਬਣ ਚੁੱਕਾ, ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਵੀ ਤੁਹਾਨੂੰ ਕਦੇ ਕੋਈ ਦੇਖਣ ਨੂੰ ਮਿਲਿਆ? ਸਾਨੂੰ ਅੱਜ ਦਾ, ਮੈਨੂੰ 42 ਸਾਲ ਹੋ ਗਿਆ ਕੰਮ ਕਰਦੇ ਨੂੰ, ਮੈਂ ਪਹਿਲੀ ਵਾਰੀ ਇੱਦਾਂ ਦੀ ਪਰੇਸ਼ਾਨੀ ਵਾਲਾ ਸੀਜ਼ਨ ਦੇਖਿਆ ਜਿਹੜਾ ਇਸ ਆਮ ਪਾਰਟੀ ਨੇ ਇਸ ਕੰਮ 'ਚ ਕੀਤਾ। ਆਮ ਆਦਮੀ ਸਰਕਾਰ ਆਈ ਸੀ, ਬਦਲਾ ਲਈ, ਇਹ ਬਦਲਾਅ ਹੀ ਬਹੁਤ ਵਧੀਆ ਕਰ ਦਿੱਤਾ, ਜਿਹਦੇ 'ਚ ਅਸੀਂ ਵੀ ਤਬਾਹ ਹੋ ਗਏ, ਜ਼ਿਮੀਂਦਾਰ ਵੀ ਤਬਾਹ ਹੋ ਗਿਆ, ਇਹਨੂੰ ਬਦਲਾਅ ਬਣਾ ਦਿੱਤਾ ਇਹਨਾਂ ਨੇ। ਹੁਣ ਕੀ ਜਿਹੜਾ ਕਿ ਹੁਣ ਮੁੰਡਾ ਸਾਡੇ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇਹ ਮੈਂ ਵਿਪਨ ਅਜਾਜ ਜੀ, ਟੋਨੀ ਜੀ ਨਾਲ, ਅਸੀਂ ਟੋਨੀ ਜੀ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਟੋਨੀ ਜੀ ਸਵਾਗਤ ਆ ਸਕਾਈ ਨਿਊਜ਼ ਪੰਜਾਬ ਦੇ ਉੱਪਰ, ਇਹ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਜਿੱਦਾਂ ਕਿਸਾਨ ਔਰ ਮਜ਼ਦੂਰ ਹਰ ਇਹ ਪਲੇਟਫਾਰਮ 'ਤੇ ਹੁਣ ਤੁਸੀਂ ਉਤਰ ਚੁੱਕੇ ਹੋ, ਇਹ ਤੁਹਾਡੀ ਰਣਨੀਤੀ ਕੱਲ੍ਹ ਦੇ ਤੁਸੀਂ ਤਿਆਰ ਹੈਗੇ ਆ ਕਿ ਸਾਡਾ ਜਿਹੜਾ ਕਿ ਮਾਲ ਚੱਕਿਆ ਜਾਵੇ ਕਿਸਾਨਾਂ ਦਾ, ਇਹ ਕਹਿਣਾ ਵਾ? ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਕਿਸਾਨ ਵੇਚਣ ਆਏ, ਆੜ੍ਹਤੀਆਂ ਨੂੰ ਵਿਕਾਉਣ ਨੂੰ ਬੈਠੇ ਆ, ਅਸੀਂ ਤਾਂ ਕਹਿੰਦੇ ਮਾਲ ਵਿਕਣ। ਅਸੀਂ ਉਹ ਜਿਹੜੇ ਕਿਸਾਨ ਆ ਜਿਹੜੇ ਹੁਣ ਕਿਸੇ ਮਾਲ ਨੂੰ ਤੇਲਾ ਪੈ ਗਿਆ, ਮਾੜਾ ਮਾੜਾ ਖਰਾਬੀ ਆ ਗਈ, ਡਿਸਕਲਰ ਡੈਮੇਜ ਆ ਗਿਆ, ਉਹਨੂੰ ਅਸੀਂ ਤਾਂ ਜਿੱਦਾਂ ਦਾ ਵੀ ਮਰਜ਼ੀ ਮਾਲ ਹੈ ਅਸੀਂ ਵੇਚਣ ਨੂੰ ਤਿਆਰ ਹਾਂ। ਪਰ ਸਰਕਾਰਾਂ ਜਿਹੜੀਆਂ ਉਹਨਾਂ ਨੇ ਜਿਹੜਾ ਡਰੈਲ ਨਹੀਂ ਚੱਲਣ ਦੇ ਰਹੇ ਛਾਲਾਂ ਵਾਲਿਆਂ ਦੇ, ਉਹਦੇ ਕਰਕੇ ਪ੍ਰੋਬਲਮ ਆ ਰਹੀ ਆ, ਅਤੇ ਉਹ ਮੋਇਸਚਰ ਕੰਟਰੋਲ ਕਿੱਦਾਂ ਹੋਊਗਾ ਜਿਹੜਾ 22-23-24 ਵਾਲਾ ਮੋਇਸਚਰ ਆ? ਜਦ ਤੱਕ ਡਰੈਲ ਦੀ ਪਰਮਿਸ਼ਨ ਦੇ ਦੇਣੀ ਚਾਹੀਦੀ ਆ ਛਾਲਾਂ ਵਾਲਿਆਂ ਨੂੰ, ਫਿਰ ਤਾਂ ਅਗਲੇ ਆਣ ਕੇ ਮਾਰਕੀਟ 'ਚ ਮਾਲ। ਕੌਣ ਨਹੀਂ ਪਰਮਿਸ਼ਨ ਦੇ ਰਿਹਾ? ਸਰ, ਪੰਜਾਬ ਸਰਕਾਰ ਦੀਆਂ ਦਾਤਾਂ ਜੀ, ਇਹ ਪੰਜਾਬ ਸਰਕਾਰ ਦੀਆਂ ਦਾਤਾਂ। ਉਹਨਾਂ ਦੇ ਵਿੱਚ ਇਹ ਆ ਰਿਹਾ ਕਿ ਤੁਹਾਡੇ 'ਤੇ ਬੜਾ ਦਬਦਬਾ ਕੀਤਾ, ਜਿੱਥੇ 'ਤੇ ਹਲਕਾ ਇੰਚਾਰਜ ਆ ਇਹ ਮੈਡਮ ਜਿਹੜੀ ਕਿ ਮੰਜੂ ਰਾਣਾ ਹੈਗੀ ਆ। ਨਹੀਂ ਜੀ ਨਹੀਂ, ਕੋਈ ਕਿਸੇ ਸਾਡੇ 'ਤੇ ਕੋਈ ਦਬਦਬਾ ਨਹੀਂ ਕਿਸੇ ਦਾ, ਸਾਨੂੰ ਤਾਂ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਜੋ ਹੈਗੀਆਂ ਉਹਨੂੰ ਲਾਗੂ ਕਰਾਉਣਾ ਚਾਹੁੰਦੇ। ਅਸੀਂ ਪੰਜਾਬ ਸਰਕਾਰ ਨੂੰ ਹੀ ਕਹਿ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਸ਼ੈਲਾਂ ਦੀਆਂ ਜਾਂ ਆੜ ਮੰਡੀਆਂ ਦੀਆਂ ਜਿਹੜੀਆਂ ਜੋ ਵੀ ਜਿਹੜਾ ਫਿਜ਼ੀਕਲੀ ਕੰਮ ਜਿਹੜਾ ਹੋਣਾ ਵਾ ਉਹਨੂੰ ਤੁਸੀਂ ਦੇਖ ਕੇ ਉਹਦੇ 'ਚ ਨਰਮੀ ਲਿਆਓ, ਉਹਨਾਂ ਦੇ ਜਿਹੜੇ ਤੁਸੀਂ ਆਪਣੇ ਬਣਾਏ ਆ ਜੋ ਵੀ ਹਦਾਇਤਾਂ ਦਿੱਤੀਆਂ ਸਰਕਾਰ ਨੇ, ਉਹਦੇ 'ਚ ਨਰਮੀ ਲੈ ਕੇ ਆਉਣ। ਸਰਕਾਰਾਂ ਜਦੋਂ ਬਦਲਦੀਆਂ ਰਹਿੰਦੀਆਂ ਨੇ ਅਕਸਰ ਉਹ ਵੱਡੇ ਵੱਡੇ ਦਾਅਵੇ ਕਰਦੀਆਂ ਸੀ, ਕਿਸੇ ਨੂੰ ਤੰਗ ਨਹੀਂ ਹੁੰਦਾ। ਸਭ ਤੋਂ ਪਹਿਲਾਂ ਜ਼ਿਮੀਂਦਾਰਾਂ ਨੂੰ ਸੋਚਾਂਗੇ, ਉਹ ਜ਼ਿਮੀਂਦਾਰਾਂ ਨੂੰ ਇੱਕ ਅੰਨਦਾਤਾ ਮੰਨਿਆ ਜਾਂਦਾ, ਤੁਹਾਨੂੰ ਪਤਾ ਆਪਾਂ ਵੀ ਜਿਹੜੀ ਵੀ ਚੀਜ਼ ਕੋਈ ਖਾਣੀ ਹੁੰਦੀ ਸਭ ਤੋਂ ਪਹਿਲਾਂ ਜ਼ਿਮੀਂਦਾਰਾਂ ਨੇ ਉਹ ਆਪਾਂ ਨੂੰ ਪੈਦਾ ਕਰਕੇ ਦੇਣੀ ਹੁੰਦੀ ਆ, ਔਰ ਜ਼ਿਮੀਂਦਾਰ ਤਾਂ ਹਮੇਸ਼ਾ ਆੜ੍ਹਤੀ ਦਾ ਵਿਚਾਰਾ ਕਰਜ਼ਾਈ ਹੁੰਦਾ। ਉਹ ਤਾਂ ਹੈ ਹੀ ਆ ਜੀ, ਅਸੀਂ ਤਾਂ ਕਹਿੰਦੇ ਹਾਂ ਕਿ ਜ਼ਿਮੀਂਦਾਰ ਮੰਡੀ 'ਚ ਮਾਲ ਲੈ ਕੇ ਉਹਦਾ ਮਾਲ ਵਿਕਣਾ ਚਾਹੀਦਾ। ਅਸੀਂ ਅੱਜ ਵੀ ਕਹਿੰਦੇ ਹਾਂ, ਅੱਜ ਤੋਂ 20 ਸਾਲ ਪਹਿਲਾਂ ਵੀ, 30 ਸਾਲ ਪਹਿਲਾਂ ਹੀ ਅਸੀਂ ਤੀਜੀ ਪੀੜ੍ਹੀ ਆੜ੍ਹਤ ਕਰਨ ਡੇ ਹਾਂ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਸਾਡਾ ਤਾਂ ਰਿਸ਼ਤਾ ਹੀ 9 ਮਾਸ ਦਾ, ਅਸੀਂ ਤਾਂ ਜ਼ਿਮੀਂਦਾਰ ਰੁਲਦੇ ਨਹੀਂ ਦੇਖ ਸਕਦੇ। ਅਸੀਂ ਅੱਜ ਜਿੱਥੇ ਵੀ ਪਹੁੰਚੇ ਹਾਂ ਜ਼ਿਮੀਂਦਾਰਾਂ ਦੀ ਬਦੌਲਤ ਪਹੁੰਚੇ ਹਾਂ। ਤੁਸੀਂ ਆਪਣੇ ਤਹਿ ਦੇ ਉੱਪਰ ਕੋਈ ਜਿਹੜਾ ਕਿ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਆ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ? ਕਿੰਨਾ ਨਾ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ? ਹਾਂਜੀ ਹਾਂਜੀ, ਸਾਡੀ ਗੱਲਬਾਤ ਚੱਲਦੀ, ਪਰ ਉਹ ਵੀ ਮਜਬੂਰ ਨੇ,
ਕਿਸਾਨਾਂ ਕੋਲ ਉਹ ਕੀ ਕਰਨ ਜਦ ਸਰਕਾਰ ਨੇ ਉਹਨਾਂ ਨੂੰ ਉਹਨਾਂ ਦੇ ਹੱਥ ਬੰਨ ਲਏ ਜਦੋਂ ਸੁੱਕਾ ਗੱਲਾਂ ਮਾਲ ਸੁਕਾ ਨਹੀਂ ਸਕਦੇ ਤੇ ਕੀ ਕਰਨ ਉਹ ਸਾਡੇ ਨਾਲ ਜਿਹੜੇ ਕਿ ਟੋਨੀ ਵਿਪਨ ਚਾ ਜੀ ਸਾਡੇ ਨਾਲ ਜਿਹੜੇ ਕਿ ਮਜ਼ਦੂਰ ਮਜ਼ਦੂਰ ਵੀ ਜਿਹੜੇ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਹੀ ਗੱਲ ਹੋ ਗਈ ਜਿਹੜਾ ਤੁਹਾਨੂੰ ਵੀ ਆਠ ਦਿਨ ਦੇ ਨਾਲ ਜਿਹੜਾ ਕਿ ਸਾਡਾ ਸ਼ੁਰੂ ਹੋ ਗਿਆ ਕੀ ਕਹਿਣਾ ਚਾਹੋਗੇ ਜ਼ਮੀਨਾਂ ਦੇ ਉੱਪਰ ਆ ਗਏ ਆ ਇਹ ਵੀ ਵਿਚਾਰੇ ਆਪਣੇ ਘਰੋਂ ਜਿਹੜੇ ਵਿਚਾਰੇ ਦੇਖੋ ਪੈਸੇ ਬਣਾਉਣ ਵਾਸਤੇ ਆਏ ਔਰ ਕੰਮ ਦੇਖੋ ਕਿੱਦਾਂ ਕੱਲ੍ਹ ਦਾ ਖੜਾ ਹੋਇਆ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਮਤਲਬ ਗੌਰਮੈਂਟ ਦੀਆਂ ਬੜੀਆਂ ਪਾਲਸੀਆਂ ਸਾਡਾ ਕਪੂਰਥਲਾ ਜ਼ਿਲ੍ਹਾ ਜਿਹੜਾ ਹੈ ਆਲੂਆਂ ਦਾ ਇਲਾਕਾ ਹੈ ਇਸ ਕਰਕੇ ਇਹਨੂੰ ਆਲੂ ਬੀਜਣ ਵਾਸਤੇ 5-10 ਦਿਨ ਪਹਿਲਾਂ ਬਣਾਉਣਾ ਪੈਂਦਾ ਜਿਸ ਕਰਕੇ ਨਮੀ ਰਹਿ ਜਾਂਦੀ ਹੈ ਕੁਛ ਤੇਲੇ ਦੀ ਬਿਮਾਰੀ ਲੱਗ ਗਈ ਇੱਕੀ ਨੂੰ ਉਹ ਜਿਹਨੂੰ ਬਿਮਾਰੀ ਲੱਗੀ ਉਹ ਕੱਟਿਆ ਜਾਣਾ ਉਹਨੇ ਸੁੱਕਣਾ 17 ਮੁਕਚਾ ਤਾਂ ਬਣਨਾ ਹੀ ਨਹੀਂ ਉਹਨੇ ਜਦੋਂ ਵੀ ਵੱਢਣਾ ਅੱਜ ਤੋਂ 15 ਦਿਨ ਵੱਢ ਲਓ 20 ਦਿਨ ਵੱਢ ਲਓ ਉਹਨੇ ਮਤਲਬ ਹਰਾ ਥੱਲੇ ਰਹਿਣਾ ਅਤੇ ਇਹ ਇਹੋ ਹੀ ਕਾਰਨ ਹੈ ਅਤੇ ਇੱਥੇ ਮਤਲਬ ਥੋੜ੍ਹੀ ਜਿਹੀ ਨਮੀ ਰਹਿੰਦੀ ਜਿਸ ਕਰਕੇ ਹੜਤਾਲ ਹੋਈ ਹੈ ਪਰ ਕਪੂਰਥਲਾ ਨੂੰ ਰਾਜੇ ਮਹਾਰਾਜਾ ਸ਼ਹਿਰ ਮੰਨਿਆ ਪਰ ਕਪੂਰਥਲਾ ਦੇ ਵਿੱਚ ਹੀ ਇੱਦਾਂ ਦੇ ਕੰਮ ਪੁੱਠੇ ਸਿੱਧੇ ਕਿਉਂ ਹੁੰਦੇ ਆ ਇੱਥੋਂ ਦੇ ਮਤਲਬ ਜਿਹੜੀ ਸਰਕਾਰ ਹੈ ਜਾਂ ਜ਼ਿੰਮੇਵਾਰ ਜਾਂ ਇਲਾਕਾ ਨਾਰ ਇਲਾਕਾ ਇੰਚਾਰਜ ਨੇ ਉਹਨਾਂ ਦੀ ਪੋਲਿਸੀ ਨਹੀਂ ਗਲਤ ਅੱਜ ਤੱਕ ਜਿੰਨੇ ਵੀ MLA ਜਾਂ ਇਲਾਕਾ ਨਾਲ ਮਤਲਬ ਇੰਚਾਰਜ ਰਹੇ ਨੇ ਕਦੀ ਮੰਡੀ 'ਚ ਉਹਨੇ ਦਖਲ ਨਹੀਂ ਦਿੱਤਾ ਕਦੀ ਛੱਲੇ ਸ਼ਿਕਾਇਤਬਾਜ਼ੀ ਨਹੀਂ ਕੀਤੀ ਇਹਨੇ ਉੱਪਰ ਤੋਂ ਸ਼ਿਕਾਇਤਬਾਜ਼ੀ ਕਰਕੇ ਮਤਲਬ ਮੰਡੀ ਦਾ ਬੇੜਾ ਗਰਕ ਕੀਤਾ ਮਜ਼ਦੂਰ ਰੋਟੀ ਖਾਣ ਤੋਂ ਬਾਅਦ ਕਿਹਨੇ ਬੇੜਾ ਗਰਕ ਮੈਂ ਨਾ ਨਹੀਂ ਇਲਾਕਾ ਇੰਚਾਰਜ ਮਤਲਬ ਤੁਹਾਨੂੰ ਜੋ ਯਾਰ ਨਹੀਂ ਮੈਂ ਤੁਹਾਡੇ ਕੋਲ ਨਾਮ ਪੁੱਛਣਾ ਚਾਹਾਂਗਾ ਕਿਹੜਾ ਇਲਾਕਾ ਇਲਾਕਾ ਇੰਚਾਰਜ ਮਨਜੂਰ ਰਾਣਾ ਹੀ ਹੈ ਜਿਹਨੇ ਕਿ ਮਤਲਬ ਸ਼ਿਕਾਇਤਬਾਜ਼ੀਆਂ ਉੱਪਰ ਕੀਤੀਆਂ ਹਾਈਕਮਾਂਡ 'ਚ ਕਿ ਇੱਥੇ ਛੱਲ ਵਾਲੇ ਮਾਲ ਗਿੱਲਾ ਲਈ ਜਾਂਦੇ ਨੇ ਮਤਲਬ ਜੇ ਫਾਰਮ ਮਤਲਬ ਚੰਗੀ ਤਰ੍ਹਾਂ ਨਹੀਂ ਕੱਟਦੇ ਜਾਂ ਮਤਲਬ ਗੇਟ ਪਾਸ ਨਹੀਂ ਕੱਟਦੇ ਉਹ ਪਾਲਸੀਆਂ ਕੁਛ ਪਾਲਸੀਆਂ ਜਿਹੜੇ ਗੇਟ ਪਾਸ ਦੀਆਂ ਗੌਰਮੈਂਟ ਨੇ ਮਤਲਬ ਚੇਂਜ ਕਰਤੀਆਂ ਬਾਪੂ ਬਾਦਲ ਤੁਹਾਨੂੰ ਹੁਣ ਯਾਦ ਆਉਂਦਾ ਕਿ ਨਹੀਂ ਆਉਂਦਾ ਹੁਣ ਬਾਦਲ ਅਕਾਲੀ ਸਰਕਾਰ ਨੇ ਕੰਮ ਬਹੁਤ ਵਧੀਆ ਕੀਤੇ ਝੋਨੇ ਚੱਕੇ ਸੜਕਾਂ ਮਾਲਵੇ ਦੀਆਂ ਬਹੁਤ ਇਲਾਕੇ ਬਣਾਈਆਂ ਹੁਣ ਅਸੀਂ ਪਛਤਾਉਂਦੇ ਹਾਂ ਕਾਂਗਰਸ ਅਤੇ ਅਕਾਲੀ ਨੂੰ ਛੱਡ ਕੇ ਕਿ ਸਰਕਾਰ ਕਿਉਂ ਆਉਂਦੀ ਜਿਹੜੀ ਕਿ ਲੋਕਾਂ ਦੀ ਮਤਲਬ ਹਮਦਰਦ ਨਹੀਂ ਹੈਗੀ ਜੋਤੀ ਜੀ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਮੁੱਦਾ ਵਾ ਅੱਜ ਕਿਉਂ ਖੜਾ ਕੱਲ੍ਹ ਦਾ ਇਹ ਵਿਚਾਰੇ ਰਾਜ਼ੀਨਾਮਾ ਕਰਨ ਨੂੰ ਤਿਆਰ ਆ ਪਰ ਇੱਥੇ ਜਿਹੜੀ ਕੋਈ ਸੁਣਵਾਈ ਕਰਕੇ ਕੋਈ ਰਾਜ਼ੀ ਨਹੀਂ ਹੈਗਾ ਇੱਥੋਂ ਜਿਹੜਾ ਲੀਡਰ ਆ ਜੀ ਹਾਲੇ ਕਿ ਜਿਹੜਾ ਇੱਥੋਂ ਇੰਚਾਰਜ ਜ਼ਿਲ੍ਹੇ ਦਾ ਹੈਗਾ ਜੀ ਮਨਜੂਰ ਰਾਣਾ ਜੀ ਉਹ ਹਾਲ ਤੱਕ ਇੱਥੇ ਵੜੀ ਨਹੀਂ ਜੀ ਇਹਨਾਂ 'ਚ ਇਹਨਾਂ ਦੀ ਖਬਰ ਹੀ ਨਹੀਂ ਕਿਸੇ ਜ਼ਿਮੀਦਾਰ ਸੁਣੀ ਜੀ ਜ਼ਿਮੀਦਾਰ ਇੰਨੇ ਪਰੇਸ਼ਾਨ ਆ ਜੀ ਰਾਤਾਂ ਸਾਰੀ ਰਾਤ ਸੜਕ 'ਤੇ ਬੈਠੇ ਰਹੇ ਜੀ ਕਿਸੇ ਦਾ ਮੋਜੇ ਦਾ ਕੁਝ ਇੱਥੋਂ ਖਾਈ ਕਿਸੇ ਆਇਆ ਨਹੀਂ ਜੀ ਇਹ ਸਰੀਆ ਕੋਈ ਜ਼ਿੰਮੇਵਾਰ ਲੀਡਰ ਹੀ ਹੈ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਨੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹ ਕਪੂਰਥਲਾ ਦੇ ਵਿੱਚ ਬਹੁਤ ਜ਼ਿਆਦਾ ਇੱਦਾਂ ਦੇ ਕੰਮ ਹੁੰਦੇ ਨੇ ਉਹਨਾਂ ਤੱਕ ਕੋਈ ਗੱਲ ਨਹੀਂ ਪਹੁੰਚਦੀ ਦੇਖੋ ਜੀ ਗੱਲ ਪਹੁੰਚਦੀ ਵੀ ਹੋ ਗਈ ਪਰ ਉਹ ਆਪਣੇ ਇਸ ਵੇਲੇ ਗੁਜਰਾਤ ਇਲੈਕਸ਼ਨ 'ਚ ਬਹੁਤ ਬਿਜ਼ੀ ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ 'ਚ ਕੀ ਹੁੰਦਾ ਪਿਆ ਹੈਗਾ ਉਹ ਇੱਥੇ ਮੌਜੂਦ ਹੀ ਹੈ ਨਹੀਂ ਜਿੱਥੇ ਉਹ ਜਿਹੜੀ ਖਬਰ ਪਹੁੰਚਾਉਣੀ ਹੁੰਦੀ ਹੈ ਜ਼ਿਲ੍ਹੇ ਦੇ ਜਿਹੜਾ ਇੰਚਾਰਜ ਉਹਨੇ ਪਹੁੰਚਾਉਣੀ ਹੁੰਦੀ ਜੀ ਉਹ ਆਪ ਹੀ ਸ਼ਿਕਾਇਤਾਂ ਕਰੀ ਜਾਂਦੇ ਜੀ ਆਪ ਹੀ ਉਹਨਾਂ ਨੇ ਸੇਲਰਾਂ 'ਤੇ ਛਾਪੇ ਮਰਵਾ ਤੇ ਚੱਲਦਾ ਹੋਇਆ ਕੰਮ ਨੂੰ ਉਹਨਾਂ ਨੇ ਆਪ ਰੋਕਿਆ ਜੀ ਉਹਨਾਂ ਨੇ ਹਾਲੇ ਤੱਕ ਇੱਥੇ ਮੰਡੀ 'ਚ ਆਏ ਨਹੀਂ ਕਿਸੇ ਦੀ ਜੀਵਿਤਾ ਦੀ ਖਬਰ ਨਹੀਂ ਪੁੱਛੀ ਕਿਉਂ ਹੜਤਾਲ ਹੋਈ ਕੀ ਗੱਲ ਕੀ ਬਾਤ ਇੱਕ ਏਰੀਏ ਦਾ ਇੰਚਾਰਜ ਦੀ ਜ਼ਿੰਮੇਵਾਰੀ ਹੁੰਦੀ ਆਪਣਾ ਡਿਸਟ੍ਰਿਕਟ ਚਲਾਉਣ ਦੀ ਆਪਣਾ ਸ਼ਹਿਰ ਚਲਾਉਣ ਦੀ ਕੋਈ ਪ੍ਰੋਬਲਮ ਹੋਵੇ ਉਹਨਾਂ ਨੇ ਸਹੀ ਕਰਨੀ ਹੁੰਦੀ ਜੀ ਇੱਥੇ ਆ ਕੇ ਮੰਡੀ ਦੇ ਵਿੱਚ ਇਹ ਸਾਨੂੰ ਸਾਡੇ ਨਾਲ ਜਿਹੜੇ ਕਿ ਮਜ਼ਦੂਰਾਂ ਦੇ ਨਾਲ ਜਿਹੜੇ ਕਿ ਉਹਨਾਂ ਦੇ ਪ੍ਰਧਾਨ ਨਾਲ ਆੜ੍ਹਤੀ ਐਸੋਸੀਏਸ਼ਨ ਨਾਲ ਗੱਲ ਵੀ ਹੋਈ ਆੜ੍ਹਤੀ ਐਸੋਸੀਏਸ਼ਨ ਦਾ ਔਰ ਜਿਹੜਾ ਕਿ ਮਜ਼ਦੂਰਾਂ ਦਾ ਇਹ ਕਹਿਣਾ ਵਾ ਇਹਦਾ ਮਨੀਮਾ ਦਾ ਜਿਹੜਾ ਕਿ ਜਦੋਂ ਕਿ ਸੁਖਬੀਰ ਬਾਦਲਾਂ ਦੀ ਜਿਹੜੀ ਸਰਕਾਰ ਨੇ ਬਾਪੂ ਸਾਨੂੰ ਬਾਦਲ ਇੱਕ ਵਾਰੀ ਜ਼ਰੂਰ ਯਾਦ ਹੁੰਦਾ ਸੀ ਪਰ ਕਾਂਗਰਸ ਵੀ ਸਾਡੇ ਹੱਕ ਇਹ ਜਿਹੜੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀਆਂ ਵੱਡੇ ਵੱਡੇ ਦਾਅਵੇ ਕੀਤੇ ਮੈਂ ਪੰਜਾਬ 'ਚ ਨਸ਼ਾ ਮੁਕਤ ਕਰ ਦਾਂਗਾ ਮੈਂ ਪਹਿਲਾਂ ਗਰੀਬਾਂ ਦਾ ਸੋਚਾਂਗਾ ਮੈਂ ਕਿਸਾਨਾਂ ਦਾ ਸੋਚਾਂਗਾ ਮੈਂ ਹਰੇਕ ਵਰਗ ਪਰ ਹਾਲੇ ਤੱਕ ਕੋਈ ਨਹੀਂ ਕਿਸੇ ਦਾ ਜਿਹੜਾ ਕਿ ਸੋਚ ਸਕਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਸਰਕਾਰ ਚੱਲਦੀ ਕਿ ਜਾਂ ਨਹੀਂ ਚੱਲਦੀ ਕਪੂਰਥਲਾ ਤੋਂ ਰੂਬੀ ਧਾਮੀ ਦੇ ਨਾਲ ਸੁਨੀਲ ਗੋਗਨਾ ਸਕਾਈ ਨਿਊਜ਼ ਪੰਜਾਬ